ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਕਾਰ ਨੇ ਜੋ ਕਰੋਨਾ ਵਾਇਰਸ ਨੂੰ ਰੋਕਣ ਲਈ ਕਰਫਿਊ ਲਾਇਆ, ਆਪਾਂ ਸਾਰਿਆਂ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ। ਇਸ ਕਰਫਿਊ ਲਾਉਣ ਦਾ ਕਾਰਨ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਘੱਟ ਅਤੇ ਇਸ ਦੀ ਚੇਨ ਨੂੰ ਤੋੜਨਾ ਜ਼ਿਆਦਾ ਜ਼ਰੂਰੀ, ਕਿਉਂਕਿ ਜੇ ਚੇਨ ਟੁੱਟੂਗੀ ਤਾਂ ਹੀ ਇਸ ਦੀ ਜਿਹੜਾ ਫੈਲਾਅ ਆ ਉਹ ਘੱਟ ਹੋ ਸਕੇਗਾ। ਇਸ ਦਾ ਦੂਸਰਾ ਫਾਇਦਾ ਇਹ ਹੋਊਗਾ ਵੀ 14-15 ਦਿਨ ਦੇ ਆਪਣੇ ਕਰਫਿਊ ਲੱਗਿਆ ਹੋਇਆ ਤਾਂ ਜਿਹੜਾ ਕਿਤੇ ਕੇਸ ਪੈਦਾ ਵੀ ਹੋਊਗਾ ਉਹਨੂੰ ਆਇਡੈਂਟੀਫਾਈ ਕਰਨਾ ਅਤੇ ਉਹ ਏਰੀਏ ਨੂੰ ਮਾਰਕ ਕਰਨਾ ਸਾਰੀ ਸਰਕਾਰ ਲਈ ਸੌਖਾ ਹੈ, ਅਤੇ ਇਸ ਦੇ ਨਾਲ ਹੀ ਉਹ ਬੰਦੇ ਗਾਹਾਂ ਕਿਸੇ ਹੋਰ ਨੂੰ ਸੰਕ੍ਰਮਿਤ ਨਹੀਂ ਕਰ ਪਾਉਂਗੇ। ਸੋ ਆਪਾਂ ਸਾਰਿਆਂ ਨੂੰ ਚਾਹੀਦਾ ਵੀ ਆਪਾਂ ਇਸ ਕਰਫਿਊ ਦੀ ਸਪੋਰਟ ਕਰੀਏ, ਸਰਕਾਰ ਦੀ ਸਪੋਰਟ ਕਰੀਏ, ਕਿਉਂਕਿ ਆਪਾਂ ਦੇਖ ਰਹੇ ਹਾਂ ਜ਼ਿਆਦਾਤਰ ਨਿਊਜ਼ ਚੈਨਲ ਸੁਣਦੇ ਹਾਂ ਇਟਲੀ ਦਾ ਕੀ ਹਾਲ ਆ, ਅਮੈਰੀਕਾ ਦਾ ਕੀ ਹਾਲ ਆ, ਕੈਨੇਡਾ ਦਾ ਕੀ ਹਾਲ ਆ। ਕੱਲ੍ਹ ਰਾਤ ਹੀ ਮੇਰੇ ਭਾਈ ਨਾਲ ਗੱਲ ਹੋ ਗਈ ਹੱਟੀ ਆ, ਸਾਰਾ ਕੈਨੇਡਾ ਬੰਦ ਪਿਆ, ਕੈਲਗਰੀ ਆਪਣਾ ਟੋਰਾਂਟੋ ਟੋਟਲੀ ਬੰਦ ਪਿਆ। ਉਹ ਵਿਚਾਰਾ ਰਾਤ ਪਹੁੰਚ ਰਿਹਾ ਸੀ, ਕਹਿੰਦਾ ਮੈਂ ਘਰ ਜਾ ਕੇ ਉਹਨੂੰ 15 ਦਿਨ ਲਈ ਕਿਹਾ ਗਿਆ ਵੀ ਘਰੋਂ ਬਾਹਰ ਨਹੀਂ ਨਿਕਲਣਾ। ਉਸ ਤੋਂ ਬਾਅਦ ਮੇਰਾ ਦੋਸਤ ਅਮੈਰੀਕਾ, ਉਸ ਨਾਲ ਗੱਲ ਹੋਈ, ਕਹਿੰਦਾ ਬ੍ਰਦਰ ਸਮਾਨ ਮੁੱਕਿਆ ਪਿਆ ਸਰਫਾਂ ਦੇ ਉੱਤੇ, ਕਿਤੇ ਕੋਈ ਸਮਾਨ ਨਹੀਂ ਮਿਲ ਰਿਹਾ ਖਾਣ ਨੂੰ, ਸਭ ਲੋਕ ਵਿਚਾਰੇ ਇੱਦਾਂ ਹੀ ਆ ਵੀ ਥਬੜੋ ਥਬੜੀ ਪਈ ਆਪਣੀ। ਇਟਲੀ ਦਾ ਦੇਖ ਲਓ ਦੁਨੀਆ ਦੀ ਨੰਬਰ 2 ਦੇ ਕਹਿੰਦੇ ਹਸਪਤਾਲਾਂ ਦੇ ਵਿੱਚ ਆਉਂਦੀ ਹੈ, ਪਰ ਉਹਦੇ ਲੀਕਾਂ ਕਢਾਈਆਂ ਪਈਆਂ, ਲੋਕ ਸੜਕਾਂ 'ਤੇ ਪਏ ਆ ਵੈਂਟੀਲੇਟਰਾਂ ਦੇ ਉੱਤੇ। ਜੇ ਕਿਤੇ ਰੱਬ ਨਾ ਕਰੇ ਆਪਣੀ ਇਹ ਨਾਮਰਾਦ ਬਿਮਾਰੀ ਫੈਲ ਗਈ, ਆਪਣੇ ਲੋਕਾਂ ਦਾ ਵੀਰੇ ਬਹੁਤ ਔਖਾ ਹੋਣਾ, ਬਹੁਤ ਔਖਾ ਹੋਣਾ ਲੋਕਾਂ ਨੂੰ ਆਪਣੇ। ਸੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਘਰੇ ਰਹੋ, ਜੋ ਵੀ ਚੀਜ਼ ਆ ਜੋ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤਾਂ ਕਿਤੇ ਘਰੋਂ ਬਾਹਰ ਨਿਕਲੋ, ਉਹ ਵੀ ਪੂਰੀ ਪ੍ਰੋਟੈਕਸ਼ਨ ਦੇ ਨਾਲ। ਸਿਰਫ ਇੱਕ ਅੱਧਾ ਬੰਦਾ ਜਾਓ ਅਤੇ ਆਪਣਾ ਸਮਾਨ ਲੈ ਕੇ ਵਾਪਸ ਆ ਜਾਓ, ਜਿੰਨਾ ਵੀ ਤੁਹਾਡਾ ਰਿਲੈਕਸੇਸ਼ਨ ਟਾਈਮ ਸਰਕਾਰ ਦਿੰਦੀ ਆ ਆਪਾਂ ਨੂੰ, ਉਸ ਤੋਂ ਬਿਨਾਂ ਵੀਰ ਬਣ ਕੇ ਸਭ ਘਰੇ ਰਹੋ ਤਾਂ ਜੋ ਸਾਰਿਆਂ ਦਾ ਬਚਾਅ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।